ਜ਼ਿਲ੍ਹਾ ਹੁਸ਼ਿਆਰਪੁਰ ਦੇ ਮਹੱਲਾ ਰਾਮਗੜ੍ਹ ਵਿੱਚ ਭਾਜਪਾ ਨੇਤਾ ਅਤੇ ਉਸਦੇ ਭਰਾ 'ਤੇ ਕੁਛ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰ ਨੇ ਤੇਜ਼ਧਾਰ ਹਥਿਆਰਾਂ ਨਾਲ ਉਹਨਾਂ 'ਤੇ ਹਮਲਾ ਕੀਤਾ ਅਤੇ ਗੋਲੀਆਂ ਚਲਾਈਆਂ। ਗੋਲੀਬਾਰੀ ਵਿੱਚ 2 ਗੋਲੀਆਂ ਭਾਜਪਾ ਨੇਤਾ ਦੀਆਂ ਦੋਨਾਂ ਲੱਤਾਂ ਵਿੱਚ ਲੱਗੀਆਂ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਵਾਰਦਾਤ ਤੋਂ ਬਾਅਦ ਭਾਜਪਾ ਨੇਤਾ ਅਤੇ ਉਸਦੇ ਭਰਾ ਨੂੰ ਮੁਹੱਲਾ ਨਿਵਾਸੀਆਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਜਾ ਰਹੀ ਸੁਖਜੀਤ ਸਿੰਘ ਪਰਮਾਰ ਆ, ਜਿਹਨੂੰ ਸੁੱਖਾ ਬਾਬਾ ਇੱਥੇ ਕਹਿੰਦੇ ਆ। ਉਹ ਕਹਿੰਦਾ ਮੈਂ ਜਿਹੜਾ ਮਰੀ ਜੋ ਮਰੀ ਜਦੋਂ ਮਰਜ਼ੀ ਕਰ ਸਕਦਾ ਜੀ। ਪਤਾ ਨਹੀਂ ਕੀ ਗੱਲ, ਮੈਂਸਲ ਲੱਭ ਪਿਆ, ਪਹਿਲਾਂ ਘਰ ਜਾਣਾ ਮਮਾਲਾ ਬਹਿਤਾ ਜੀ, ਮੁੜ ਕੇ ਭਰਾ ਦੇ ਗੋਲੀਆਂ ਚਲਾ ਦਿੱਤੀਆਂ। ਕਿੰਨੇ ਜਾਣੇ ਆਏ ਸੀ? ਹਾਂਜੀ, ਉਹ 10-12 ਜਾਣੇ ਸੀ ਜੀ, ਮੈਨੂੰ ਪਤਾ 2-3 ਗੱਡੀਆਂ ਸੀ, ਮੈਨੂੰ ਨਹੀਂ ਪਤਾ ਜੀ। ਕੋਈ ਪੁਰਾਣੀ ਰੰਜਿਸ਼ ਆ? ਪਤਾ ਨਹੀਂ, ਕੋਈ ਰੰਜਿਸ਼ ਨਹੀਂ, ਕੋਈ ਗੱਲਬਾਤ ਨਹੀਂ। ਗੋਲੀਆਂ ਬਹੁਤ ਚਲਾਉਂਦਾ ਪਿਆ ਸੀ ਜੀ, ਉਹ ਹਵਾਈ ਫਾਇਰ ਕੱਢਦਾ ਪਿਆ, ਉਧਰ ਵੀ ਲੱਤਾਂ ਤੇ ਮਾਰਦਾ ਸੀ, ਦਿਮਾਗ ਤੇ ਵੀ ਮਾਰ ਸਕਦਾ ਸੀ, ਉਹ ਕਿਤੇ ਵੀ ਵੱਜ ਸਕਦੀ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ। DSP ਸਮੀਰ ਵਰਮਾ ਦੇ ਮੁਤਾਬਕ ਇਹ ਹਮਲਾ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆ ਅਤੇ ਪੁਲਿਸ ਆਰੋਪੀਆਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਸਾਹਮਣੇ ਆਈਏ ਪ੍ਰਭਾਤ ਚੌਂਕ ਬਸ ਰਾਮਗੜ੍ਹ ਮੁਹੱਲਾ ਪੜਤਾ ਹੈ, ਵਹਾਂ ਪੇ ਇੱਕ ਹਰਮਨ ਵਾਲੀਆ ਨਾਮ ਕੇ ਵਿਅਕਤੀ ਹੈ, ਉਨਕੇ ਘਰ ਮੇ ਰਹਿਤੇ ਹੈ, ਉਨਕੇ ਭਾਈ ਕੇ ਸਾਥ ਹੀ ਇੱਕ ਪਹਿਲੇ ਕੁਛ ਦੋਸਤ ਥੇ, ਇਨਕੇ ਜੋ ਸੁੱਖਾ ਬਾਬਾ ਨਾਮ ਬਤਾਇਆ ਜਾ ਰਹਾ ਹੈ, ਆਪਸ ਮੇ ਪਹਿਲੇ ਯੇ ਦੋਸਤ ਥੇ। ਅਬ ਇਨਕਾ ਕੁਛ ਲੜਾਈ ਝਗੜਾ ਕੁਛ ਦਿਨੋਂ ਸੇ ਚੱਲ ਰਹਾ ਥਾ, ਉਹ ਘਰ ਮੇ ਆਏ ਆਪਸ ਮੇ ਇਨਕੀ ਤੂ ਤੋ ਮੈਂ ਹੋਈ, ਔਰ ਫਿਰ ਵਹੀਂ ਲੜਾਈ ਝਗੜੇ ਕੇ ਬਾਅਦ ਉਨ੍ਹਾਂ ਨੇ ਉੱਪਰ ਫਾਇਰ ਕੀਆ, ਜਿਸਸੇ 2 ਗੋਲੀਆਂ ਉਨਕੇ ਟਾਂਗ ਮੇ ਲਗੀ। ਸਰ ਪਤਾ ਚੱਲਿਆ ਵੀ 5-6 ਗੋਲੀਆਂ ਜਿਹੜੀਆਂ ਹੈਗੀਆਂ ਚੱਲੀਆਂ? ਇਹ ਮੌਕੇ ਪਰ ਵੀ ਹਮ ਇਨਵੈਸਟੀਗੇਟ ਕਰ ਰਹੇ ਹਾਂ, ਅਭੀ ਵੀ ਜੋ ਬਾਤ ਇਨਵੈਸਟੀਗੇਸ਼ਨ ਕੇ ਬਾਅਦ ਸਾਹਮਣੇ ਆਏਗੀ ਆਪ ਬਤਾਇਆ ਜਾਏਗਾ। ਸਰ ਪ੍ਰਾਥਮਿਕ ਜਾਂਚ ਕੀ? ਦੂਸਰੇ ਪਾਸੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਵਿਰੋਧੀ ਧਿਰ ਦੇ ਸੁਖਜੀਤ ਸਿੰਘ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਝੂਠਾ ਦੱਸਿਆ ਅਤੇ ਕਿਹਾ ਕਿ ਭਾਜਪਾ ਨੇਤਾ ਨੇ ਹੀ ਉਹਨਾਂ ਦੀ ਰਿਵਾਲਵਰ ਨਾਲ ਉਹਨਾਂ 'ਤੇ ਫਾਇਰ ਕੀਤਾ। ਹੁਸ਼ਿਆਰਪੁਰ ਤੋਂ ਆਜ਼ਾਦ TV ਨਿਊਜ਼ ਲਈ ਸੁਨੀਲ ਲਾਖਾ ਦੀ ਰਿਪੋਰਟ।